ਗੁਆਂਢ ਨੇ ਇਹ ਗੱਲ ਪੁੱਛ ਰਹੇ ਸੀਗੇ ਵੀ ਭਾਈ ਅੰਮ੍ਰਿਤਪਾਲ ਜੀ ਕਦੋਂ ਬਾਹਰ ਹੋਣਗੇ। ਹੁਣ ਦੇਖੋ ਜਿਹੜੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਉੱਪਰ ਜਿਹੜੇ ਜਿੱਤੇ ਨੇਗੇ ਵੱਡੀ ਲੀਡ ਨਾਲ ਜਿੱਤੇ ਨੇ ਉਹ ਭਾਈ ਅੰਮ੍ਰਿਤਪਾਲ ਜੀ ਜਿੱਤੇ ਨੇਗੇ। ਜੇ ਪੰਜਾਬ ਸਰਕਾਰ ਚਾਹੇ ਤਾਂ ਉਹ NSA ਅੱਜ ਖਤਮ ਕਰਦੇ ਅਤੇ ਅੱਜ ਆ ਕੇ ਜਿਹੜਾ ਭਾਈ ਅੰਮ੍ਰਿਤਪਾਲ ਜੀ ਲੋਕਾਂ ਦੀ ਸੇਵਾ ਕਰਨ, ਖਡੂਰ ਸਾਹਿਬ ਦੇ ਲੋਕਾਂ ਦੀ ਸੇਵਾ ਕਰਨ ਜਿਹਨਾਂ ਨੇ ਐਡੀ ਭਾਰੀ ਮਾਤਰਾ ਜਿਤਾਇਆ, ਇਹ ਤੋਂ ਬਾਅਦ ਪੰਜਾਬ ਦੇ ਵਿੱਚ ਸੇਵਾ ਕਰਨ। ਪਰ ਜੇਕਰ ਇਹਨਾਂ ਦੀ ਨੀਤ ਸਾਫ਼ ਹੋਵੇ ਤਾਂ, ਕਿਉਂਕਿ ਜਿਹੜੀਆਂ ਸਰਕਾਰਾਂ ਦੀਆਂ ਨੀਤਾਂ ਨੇ ਨਾ ਉਹ ਬੜੀਆਂ ਖੋਟੀਆਂ ਨੇ, ਬੜੀਆਂ ਮਾੜੀਆਂ ਨੇਗੀਆਂ। ਤੁਹਾਨੂੰ ਪਤਾ ਸੈਂਟਰ ਤਾਂ ਚਾਹੁੰਦੀ ਹੈ, ਸੈਂਟਰ ਤੱਕ ਹਰ ਸਮੇਂ ਪੰਜਾਬ ਨੂੰ ਦਬਾਉਣਾ ਚਾਹੁੰਦੀ ਹੈ। ਪਰ ਦੁੱਖ ਉਦੋਂ ਦਾ ਜਿਹੜੀਆਂ ਕਿ ਸਿਰ 'ਤੇ ਜਿਹਨਾਂ ਨੇ ਝੂਠੀਆਂ ਪੱਗਾਂ ਬੰਨੀਆਂ ਨੇਗੀਆਂ ਜਦੋਂ ਉਹ ਸੈਂਟਰ ਦੇ ਹੱਕਾਂ ਦੇ ਵਿੱਚ ਭੁਗਤਦੇ ਨੇਗੇ। ਜੇ ਚਾਹੁਣ ਤਾਂ ਮਸਲਾ ਬੜਾ ਜਲਦੀ ਹੱਲ ਹੋ ਸਕਦਾ। ਇਹੀ ਮੇਰੀ ਆਪਾਂ ਨੂੰ ਹੁਣ ਲੋਕਾਂ ਨੂੰ ਬੇਨਤੀ ਹੈ ਵੀ ਇੱਕ ਆਪਾਂ ਇਹ ਲਹਿਰ ਬਣਾਈਏ, ਇੱਕ ਆਪਾਂ ਜਾਗਰੂਕ ਮੁਹਿੰਮ ਖੜੀ ਕਰੀਏ ਕਿ ਪੰਜਾਬ ਸਰਕਾਰ 'ਤੇ ਦਬਾਅ ਬਣਾਈਏ ਵੀ ਜਲਦੀ ਭਾਈ ਸਾਹਿਬ ਬਾਹਰ ਆਉਣ ਅਤੇ ਲੋਕਾਂ ਦੀ ਸੇਵਾ ਕਰਨ, ਪੰਜਾਬ ਦੀ ਸੇਵਾ ਕਰਨ। ਇਹ ਸਾਨੂੰ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਨੂੰ ਇੱਕ ਲਹਿਰ ਬਣਾਉਣੀ ਪੈਣੀ ਆ, ਇਹ ਸਾਨੂੰ ਸਾਰਿਆਂ ਨੂੰ ਚੇਤਨਾ ਮਾਰਚ ਕੱਢਣੇ ਪੈਣੇ ਆ ਅਤੇ ਸਰਕਾਰ 'ਤੇ ਦਬਾਅ ਬਣਾਉਣਾ। ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਇਹ 605 ਬਣਿਆ ਹੋਇਆ ਕਿ ਆਖਰ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਵੀ ਜਾਂ ਫਿਰ ਨਹੀਂ, ਅਤੇ ਜੇਕਰ ਬਾਹਰ ਆਉਣਗੇ ਤਾਂ ਕਦੋਂ ਬਾਹਰ ਆਉਣਗੇ, ਅਤੇ ਕੀ ਉਹਨਾਂ ਨੂੰ ਜੋ MPਆਂ ਦਾ ਸਹੁੰ ਚੁੱਕ ਸਮਾਗਮ ਪਾਰਲੀਮੈਂਟ ਦੇ ਵਿੱਚ ਹੋਣਾ ਉਸ ਦੇ ਲਈ ਛੁੱਟੀ ਮਿਲੇਗੀ, ਪਰੋਲ ਮਿਲੇਗੀ, ਜਾਂ ਫਿਰ ਉਹਨਾਂ ਨੂੰ ਕਦੋਂ ਜ਼ਮਾਨਤ ਹੋਵੇਗੀ, ਜਾਂ ਫਿਰ ਪੰਜਾਬ ਸਰਕਾਰ ਕੀ NSA ਨੂੰ ਵਾਪਸ ਲੈ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਰਿਹਾਅ ਕਰੇਗੀ। ਇਹ ਕੁਝ ਅਜਿਹੇ ਸਵਾਲ ਨੇ ਜਿਨ੍ਹਾਂ 'ਤੇ ਕਿ ਵੱਡਾ ਕੁਐਸਚਨ ਮਾਰਕ ਹਜੇ ਲੱਗਿਆ ਹੋਇਆ। ਦੱਸ ਦਈਏ ਕਿ ਜੋ ਇਸ ਮਾਮਲੇ ਦੇ ਵਿੱਚ ਦੱਸਣ ਵਾਲੇ ਹਨ ਉਹਨਾਂ ਦਾ ਇਹੀ ਕਹਿਣਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਰੋਲ ਮਿਲ ਸਕਦੀ ਹੈ ਸਹੁੰ ਚੁੱਕ ਸਮਾਗਮ ਦੇ ਲਈ, ਅਤੇ ਉਹਨਾਂ ਉਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਅਰਜ਼ੀ ਵੀ ਲਗਾਈ ਜਾ ਸਕਦੀ ਹੈ ਮਾਨਯੋਗ ਅਦਾਲਤ ਦੇ ਵਿੱਚ। ਵਕੀਲਾਂ ਦੇ ਸਮੂਹ ਵੱਲੋਂ ਇਹ ਕਹਿੰਦੇ ਹੋਏ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੰਨਾ ਵੱਡਾ ਜਨ ਸਮੂਹ ਮਿਲਿਆ ਹੈ ਕਿਉਂਕਿ ਉਹਨਾਂ 'ਤੇ NSA ਲੱਗੀ ਹੋਈ ਹੈ, ਇਸ ਤਹਿਤ ਇਹ ਕੇਸ ਵੀ ਇਸ ਮਾਮਲੇ ਦੇ ਵਿੱਚ ਬਣਦਾ ਹੈ ਕਿ ਇੰਨਾ ਵੱਡਾ ਲੋਕਾਂ ਦਾ ਫਤਵਾ ਮਿਲਿਆ ਤਾਂ ਉਹ ਸ਼ਖਸ ਕਿਵੇਂ ਦੇਸ਼ ਧਰੋਹੀ ਹੋ ਸਕਦਾ। ਇਹ ਕਹਿਣਾ ਇਸ ਸਮੇਂ ਕੁਝ ਵਿਦਵਾਨਾਂ ਦਾ, ਤੁਹਾਡੇ ਇਸ ਬਾਰੇ ਕੀ ਕਹਿਣਾ ਜ਼ਰੂਰ ਕਮੈਂਟ ਕਰਨਾ। ਉੱਥੇ ਲਾਲੀ ਬਟਾਲਾ ਨੇ ਵੀ ਕੁਝ ਖਾਸ ਗੱਲਬਾਤ ਕੀਤੀ ਹੈ ਅਤੇ ਭਾਨਾ ਸਿੱਧੂ ਨੇ ਵੀ ਦੱਸਿਆ ਕਿ ਆਖਿਰ ਕਦੋਂ ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਹੋਣਗੇ। ਪੂਰੀ ਵੀਡੀਓ ਦੇਖੋ ਅਤੇ ਤੁਸੀਂ ਕੀ ਇਹਨਾਂ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦੇਣਾ। ਨੌਜਵਾਨ ਨੇ ਇਹ ਗੱਲ ਪੁੱਛ ਰਹੇ ਸੀਗੇ ਵੀ ਭਾਈ ਅੰਮ੍ਰਿਤਪਾਲ ਜੀ ਕਦੋਂ ਬਾਹਰ ਹੋਣਗੇ। ਦੇਖੋ ਜਿਹੜੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਉੱਪਰ ਜਿਹੜੇ ਜਿੱਤੇ ਨੇਗੇ ਵੱਡੀ ਲੀਡ ਨਾਲ ਜਿੱਤੇ ਨੇ ਉਹ ਭਾਈ ਅੰਮ੍ਰਿਤਪਾਲ ਜੀ ਜਿੱਤੇ ਨੇਗੇ। ਜੇ ਪੰਜਾਬ ਸਰਕਾਰ ਚਾਹੇ ਤਾਂ ਉਹ NSA ਅੱਜ ਖਤਮ ਕਰਦੇ ਅਤੇ ਅੱਜ ਆ ਕੇ ਜਿਹੜਾ ਭਾਈ ਅੰਮ੍ਰਿਤਪਾਲ ਜੀ ਲੋਕਾਂ ਦੀ ਸੇਵਾ ਕਰਨ, ਖਡੂਰ ਸਾਹਿਬ ਦੇ ਲੋਕਾਂ ਦੀ ਸੇਵਾ ਕਰਨ ਜਿਹਨਾਂ ਨੇ ਐਡੀ ਭਾਰੀ ਮਾਤਰਾ ਜਿਤਾਇਆ, ਇਹ ਤੋਂ ਬਾਅਦ ਪੰਜਾਬ ਦੇ ਵਿੱਚ ਸੇਵਾ ਕਰਨ। ਪਰ ਜੇਕਰ ਇਹਨਾਂ ਦੀ ਨੀਤ ਸਾਫ਼ ਹੋਵੇ ਤਾਂ, ਕਿਉਂਕਿ ਜਿਹੜੀਆਂ ਸਰਕਾਰਾਂ ਦੀਆਂ ਨੀਤਾਂ ਨੇ ਨਾ ਉਹ ਬੜੀਆਂ ਖੋਟੀਆਂ ਨੇ, ਬੜੀਆਂ ਮਾੜੀਆਂ ਨੇਗੀਆਂ। ਤੁਹਾਨੂੰ ਪਤਾ ਸੈਂਟਰ ਤਾਂ ਚਾਹੁੰਦੀ ਹੈ, ਸੈਂਟਰ ਤੱਕ ਹਰ ਸਮੇਂ ਪੰਜਾਬ ਨੂੰ ਦਬਾਉਣਾ ਚਾਹੁੰਦੀ ਹੈ। ਪਰ ਦੁੱਖ ਉਦੋਂ ਦਾ ਜਿਹੜੀਆਂ ਕਿ ਸਿਰ 'ਤੇ ਜਿਹਨਾਂ ਨੇ ਝੂਠੀਆਂ ਪੱਗਾਂ ਬੰਨੀਆਂ ਨੇਗੀਆਂ ਜਦੋਂ ਉਹ ਸੈਂਟਰ ਦੇ ਹੱਕਾਂ ਦੇ ਵਿੱਚ ਭੁਗਤਦੇ ਨੇਗੇ। ਜੇ ਚਾਹੁਣ ਤਾਂ ਮਸਲਾ ਬੜਾ ਜਲਦੀ ਹੱਲ ਹੋ ਸਕਦਾ। ਇਹੀ ਮੇਰੀ ਆਪਾਂ ਨੂੰ ਹੁਣ ਲੋਕਾਂ ਨੂੰ ਬੇਨਤੀ ਹੈ ਵੀ ਇੱਕ ਆਪਾਂ ਇਹ ਲਹਿਰ ਬਣਾਈਏ, ਇੱਕ ਆਪਾਂ ਜਾਗਰੂਕ ਮੁਹਿੰਮ ਖੜੀ ਕਰੀਏ ਕਿ ਪੰਜਾਬ ਸਰਕਾਰ 'ਤੇ ਦਬਾਅ ਬਣਾਈਏ ਵੀ ਜਲਦੀ ਭਾਈ ਸਾਹਿਬ ਬਾਹਰ ਆਉਣ ਅਤੇ ਲੋਕਾਂ ਦੀ ਸੇਵਾ ਕਰਨ, ਪੰਜਾਬ ਦੀ ਸੇਵਾ ਕਰਨ। ਇਹ ਸਾਨੂੰ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਨੂੰ ਇੱਕ ਲਹਿਰ ਬਣਾਉਣੀ ਪੈਣੀ ਆ, ਇਹ ਸਾਨੂੰ ਸਾਰਿਆਂ ਨੂੰ
ਚੇਤਨਾ ਮਾਰਚ ਕੱਢਣੇ ਪੈਣੇ ਆ ਤੇ ਸਰਕਾਰ ਤੇ ਦਬਾਅ ਪਾਉਣਾ ਪੈਣਾ। ਲੈ ਵੀ ਵਰਲਡ ਵਿੱਚ ਵੱਸਦੇ ਮੇਰੇ ਸਾਰੇ ਹੀ ਭੈਣ ਭਰਾਵੋ, ਪੰਜਾਬ ਵਾਲਿਓ, ਵਾਕਿਆ ਤੁਸੀਂ ਗੁਰੂ ਦੇ ਸਿੱਖ ਆ, ਤੁਸੀਂ ਐਰਕਾਂ ਸਿੱਖੀ ਕਾਮਯਾਬ ਕਰਤੀ ਤੇ ਲੱਖ ਲੱਖ ਵਧਾਈ ਆ ਲਾਲੀ ਬਟਾਲੇ ਵੱਲੋਂ। ਕਹਿੰਦੇ ਵੀ ਖੰਡੂਰ ਸਾਹਿਬ ਵਾਲੇ ਮਾਝੇ ਦੀਆਂ ਮਝੈਲਾਂ ਨੇ ਭਾਈ ਅੰਮ੍ਰਿਤ ਸਾਹਿਬਪਾਲ ਨੂੰ ਇੰਨੀ ਕੁ ਵੋਟ ਪਾ ਦਿੱਤੀ ਆ, ਕਹਿੰਦੇ ਵੀ ਜਿਤਾ ਕੇ ਰੱਖਤਾ। ਡਿਬੜੂਗੜ੍ਹ ਦੀਆਂ ਜੇਲ੍ਹਾਂ ਵੀ ਹੁਣ ਛੁੱਟ ਕੇ ਆਊ ਬਾਈ ਸਾਹਿਬ, ਉੱਧਰੋਂ ਆਪਣੇ ਮੁੱਖ ਮੰਤਰੀ ਵੀ ਨਾਲ ਬਾਈ ਦੇ ਆਊਗਾ। ਬਾਈ ਸੰਘਰਸ਼ ਬਾਈ ਦਾ ਸੀਗਾ ਕਿ ਸਾਡੇ ਬੱਚੇ ਨਸ਼ਿਆਂ ਦੇ ਆ, ਬੇਰੁਜ਼ਗਾਰ ਆ, ਵਿਆਪਦੀਆਂ ਹੋ ਰਹੀਆਂ, ਨਸ਼ਾ ਵੇਖ ਰਿਹਾ ਅਤੇ ਕੌਣ ਵਕਾ ਰਿਹਾ। ਬਾਈ ਇਸ ਕਰਕੇ ਬਾਈ ਦੇ ਨਾਲ ਧੱਕਾ ਹੋਇਆ ਸੀ, ਤੁਹਾਡੀਆਂ ਵੋਟਾਂ ਕਰਕੇ ਉਹ ਬਾਈ ਬਾਹਰ ਆਊਗਾ ਅਤੇ ਫਿਰ ਅੱਗੇ ਵਾਂਗੂ ਚੜ੍ਹਦੀਆਂ ਕਲਾ ਪੰਜਾਬ ਦੇ ਵਿੱਚ ਹੋਊਗੀ। ਅਤੇ ਉਹਨਾਂ ਲੋਕਾਂ ਦੇ ਵੀ ਮੂੰਹ ਬੰਦ ਹੋ ਗਏ ਜਿਹੜੇ ਰਾਤ ਦਿਨ ਕੁੱਤੇ ਵਾਂਗੂ ਭੌਂਕਦੇ ਸੀ, ਬੋਲਦੇ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾੜਾ। ਆਓ ਦੋ ਫੋਟੋਆਂ ਲਾਈਆਂ ਟਿਕਟੋਕ 'ਤੇ, ਪਹਿਲਾਂ ਵੀ ਸਪੋਰਟ ਕੀਤੀ, ਹੁਣ ਵੀ ਸਪੋਰਟ ਕਰਦੇ ਰਹਾਂਗੇ। ਅਤੇ ਹਲਕੀ ਜਿਹੀ ਖਬਰ ਉੱਠਦੀ ਸੁਣੀ ਆ, ਕਹਿੰਦੇ ਵੀ ਦਾਲ ਵਾਲਾ ਬਲਟੋਇਆ ਮੁੱਦਾ ਹੋ ਗਿਆ, ਭਾ ਮਿਰਸਾ ਸਿੰਘ ਬਲਟੋਇਆ ਹਾਰ ਗਿਆ ਜੀ, ਬਾਈ ਬੁੜੇ ਤਰੀਕੇ ਨਾਲ ਹਾਰਿਆ। ਅਤੇ ਉੱਧਰ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਬੇਅੰਤ ਸਿੰਘ ਦਾ ਬੇਟਾ ਭਾਈ ਸਰਬਜੀਤ ਸਿੰਘ, ਜਿਹੜਾ ਕਿ ਫਰੀਦਕੋਟ ਤੋਂ ਵੋਟਾਂ ਦੇ ਵਿੱਚ ਖੜਾ ਸੀਗਾ, ਉਹਨੂੰ ਵੀ ਭਾਈ ਨੂੰ ਸਾਹਿਬ ਨੂੰ ਚੰਗੀ ਵੱਡੀ ਜਿੱਤ ਮਿਲੀ ਆ। ਸਿੱਖ ਕੌਮ ਨੇ ਲੱਥੀ ਪੱਗ ਫਿਰ ਸਿਰ 'ਤੇ ਰੱਖਤੀ ਆ ਕਿ ਸਾਡੇ ਦੋਵੇਂ ਯੋਧੇ ਹੁਣ ਪਾਰਲੀਮੈਂਟ 'ਚ ਗੱਜਣਗੇ। ਇਸ ਖੁਸ਼ੀ ਦੇ ਵਿੱਚ ਮੈਂ ਸਾਰੇ ਘਰ ਨੂੰ ਰੰਗ ਕਰਤਾ ਅਤੇ ਅੱਜ ਇੰਨੀ ਖੁਸ਼ੀ ਆ ਕਿ ਬਾਈ ਕੋਈ ਗੱਲ ਕਹਿਣ ਵਾਲੀ ਨਹੀਂ ਗੀ। ਕਹਿੰਦੇ ਆ ਕਿ ਝਾੜੂ ਦੇ ਵੀ ਹਲਕੇ ਹਲਕੇ ਤੀਲੇ ਖਿਲ ਰਹੇ ਉੱਥੇ, ਪਰ ਇਹ ਗੱਲ ਜ਼ਰੂਰ ਆ ਕਿ ਸਾਨੂੰ ਚਾਹੀਦਾ ਕਿ ਜੇ ਪੰਜਾਬ ਦਾ ਸੁਧਾਰ ਕਰਨਾ, ਨਸ਼ਾ ਖਤਮ ਕਰਨਾ, ਬੇਰੁਜ਼ਗਾਰੀ ਖਤਮ ਕਰਨੀ ਆ, ਵਿਆਪਦੀਆਂ ਖਤਮ ਕਰਨੀਆਂ, ਤਾਂ ਸਾਨੂੰ ਇੱਕਜੁੱਟ ਹੋ ਕੇ ਚੱਲਣਾ ਪੈਣਾ। ਕਿਸੇ ਦੇ ਪਿਓ ਦੀ ਜ਼ਕੀਰ ਨਹੀਂ ਆ। ਇਸ ਵਾਰ ਤੁਸੀਂ ਇਮਾਨ ਨਹੀਂ ਵੇਚਿਆ, ਇਸ ਵਾਰ ਤੁਸੀਂ ਬੋਤਲਾਂ ਪਿੱਛੇ ਜਾਂ ਪੈਸੇ ਪਿੱਛੇ ਜਾਂ ਯਾਰੀ ਪਿੱਛੇ ਵੋਟਾਂ ਨਹੀਂ ਪਾਈਆਂ। ਦੁਨੀਆ ਮੇਰੇ ਵੀਰ ਜਾਗ ਚੁੱਕੀ ਆ। ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੱਚੇ, ਉਹ ਅੰਮ੍ਰਿਤਪਾਲ ਸਿੰਘ ਚਾਹੇ ਕਿਸੇ ਹਿੰਦੂ ਦਾ ਬੱਚਾ, ਚਾਹੇ ਕਿਸੇ ਸਿੱਖ ਦਾ ਵਾ, ਚਾਹੇ ਕਿਸੇ ਵੀ ਤਬਕੇ ਦਾ ਵਾ, ਉਹ ਹਰ ਇੱਕ ਨੂੰ ਕਹਿੰਦਾ ਕਿ ਨਸ਼ਿਆਂ ਤੋਂ ਦੂਰ ਹੋ, ਬਾਹਰ ਰੱਖੋ, ਸਿਹਤ ਬਣਾਓ ਆਪਣੀ, ਕਾਮਯਾਬ ਹੋਵੋ। ਪਰ ਅੱਜ ਡਿਬੜੂਗੜ੍ਹ ਦੀਆਂ ਜੇਲ੍ਹਾਂ ਭਾਈ ਸਾਹਿਬ ਨੂੰ ਨਹੀਂ ਰੋਕ ਸਕਦੀਆਂ। ਉੱਧਰ ਮੁੱਖ ਮੰਤਰੀ ਸਾਡਾ ਯਾਰ ਲੰਮੇ ਸਮੇਂ ਤੋਂ, ਇੱਕ ਸਾਲ ਤੋਂ ਉੱਤੇ ਹੋ ਚੁੱਕਾ ਕਿ ਕਦੋਂ ਦੇ ਇਹਨਾਂ ਵੀਰਾਂ ਨੂੰ ਅੰਦਰ ਤਾੜਿਆ ਸੀਗਾ। ਅੱਜ ਸਾਰੀ ਸਮੁੱਚੀ ਸਿੱਖ ਸੰਗਤਾਂ ਨੂੰ ਮੇਰੇ ਵੱਲੋਂ ਜਰਮਨ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਦੀਆਂ ਲੱਖ ਲੱਖ ਖੁਸ਼ੀਆਂ। ਅਤੇ ਬਾਈ ਪਹਿਲਾਂ ਵੀ ਸਪੋਰਟ ਕਰਦੇ ਹਾਂ, ਹੁਣ ਵੀ ਕਰਦੇ ਰਹਾਂਗੇ। ਬੜਾ ਚਾਅ ਜਿਹਾ ਮਨ ਨੂੰ ਆਉਣ ਡਿਆ ਕਿ ਕਿਤੇ ਕਿੰਨਾ ਵਧੀਆ ਲੱਗੂਗਾ ਕਿ ਹਲਕੀ ਜਿਹੀ ਉਮਰ ਦਾ ਭਾਈ ਅੰਮ੍ਰਿਤਪਾਲ ਸਿੰਘ, ਜਿਹਦੀ ਸੋਚ ਬਹੁਤ ਵੱਡੀ ਆ, ਦੰਦਲਾਂ ਉਹਨਾਂ ਲੋਕਾਂ ਨੂੰ ਪਈਆਂ ਲੱਤਾਂ ਖਿੱਚਣ ਵਾਲਿਆਂ ਨੂੰ ਜਿਨ੍ਹਾਂ ਦਾ ਨਸ਼ਾ ਬੰਦ ਹੋਣਾ, ਜਿਨ੍ਹਾਂ ਦਾ ਧੰਦਾ ਬੰਦ ਹੋਣਾ, ਤੁਹਾਡੇ ਬੱਚਿਆਂ ਨੂੰ ਮੜੀਆਂ ਤੱਕ ਪਹੁੰਚਾਉਣ ਵਾਲੇ, ਤੁਹਾਡੇ ਬੱਚਿਆਂ ਦਾ ਭਵਿੱਖ ਖਰਾਬ ਕਰਨ ਵਾਲੇ। ਅੱਜ ਮੈਂ ਕਹਿੰਦਾ ਵੀ ਅੰਦਰੋਂ ਅੰਦਰ ਹੀ ਵੜ ਗਏ ਆ। ਚਲੋ ਅਸੀਂ ਕਦੀ ਇੰਟਰਸਟ 'ਤੇ ਨਹੀਂ ਲਿਆ ਜੀ ਵੋਟਾਂ ਦੇ ਵਿੱਚ, ਪਰ ਇਸ ਵਾਰ ਜ਼ਰੂਰ ਸੀਗਾ ਵੀ ਸਾਡੀ ਸਿੱਖ ਕੌਮ ਹਰ ਵਾਰੀ ਬੀਬੀ ਖਾਲੜਾ ਨੂੰ ਹਰਾਤਾ ਸੀਗਾ। ਅਤੇ ਕਹਿੰਦੇ ਆ ਕਿ ਹਰ ਵਾਰੀ ਪਿੱਠ ਕਿਉਂ ਵਿਖਾਉਂਦੀ ਆ, ਕੀ ਚੱਕਰ ਆ? ਪਰ ਹੁਣ ਜਦੋਂ ਸਿੱਖ ਕੌਮ ਨੂੰ ਮਾਰਾਂ ਪਈਆਂ, ਸਾਡਾ ਆਪਣਾ ਕੁਝ ਹੈ ਹੀ ਨਹੀਂਗਾ। ਅਤੇ ਬਾਈ ਜੀ ਇਸ ਵਾਰ ਆਪਣੀ ਕੀਮਤੀ ਵੋਟ ਪਾ ਕੇ ਜਿਨ੍ਹਾਂ ਸ਼ਹੀਦਾਂ ਦਾ ਖੂਨ ਡੁੱਲਾ ਧਰਤੀ 'ਤੇ, ਉਹਦਾ ਮੁੱਲ ਪਾ ਤਾ ਕਿ ਸਾਡੇ ਪੰਜਾਬੀ ਜੇ ਚਾਹੁਣ ਤਾਂ ਕੀ ਨਹੀਂ ਕਰ ਸਕਦੇ, ਸਾਰਾ ਕੁਝ ਕਰ ਸਕਦੇ।
ਸਵਾ ਲੱਖ ਨਾਲ ਲੜ ਸਕਦੇ ਆ। ਅਤੇ ਸਾਡੇ ਗੁਰੂ ਬਾਜਾਂ ਵਾਲੇ ਦੀ ਸਿੱਖੀ ਬਖਸ਼ੀ ਭਾਈ ਅੰਮ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ, ਜਿਨ੍ਹਾਂ ਦੀ ਕੋਈ ਕੌਮ ਨੂੰ ਦੇਣ ਆ, ਜਿਨ੍ਹਾਂ ਕਰਕੇ ਲੱਖਾਂ ਬੱਚਿਆਂ ਨੇ ਨਸ਼ੇ ਛੱਡੇ, ਸਿੰਘ ਬਣੇ, ਅੱਗੇ ਵੇਖਿਓ ਹੋਰ ਵੀ ਵਧੀਆ ਹੋਊਗਾ। ਪਰ ਇੱਥੇ ਕਈਆਂ ਨੂੰ ਹੁਣ ਮਿਰਚਾਂ ਲੜਨੀਆਂ ਅਤੇ ਕਈਆਂ ਦੀਆਂ ਮਿਸ ਕਾਲਾਂ ਨਿਕਲੀਆਂ ਪਈਆਂ। ਹਲਕਾ ਹਲਕਾ ਝਾਕਣ ਡਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਕਦੋਂ ਜੇਲ੍ਹ 'ਚ ਆਉਣਾ, ਉਹਦਾ ਪਹਿਲਾ ਕਦਮ ਕੀ ਹੋਊਗਾ। ਰਾਤਾਂ ਦੀਆਂ ਨੀਂਦਾਂ ਉੱਡੀਆਂ ਅਤੇ ਜਿਹੜੇ ਉਹਦੇ ਸਪੋਰਟਰ ਆ ਭਾਈ ਅੰਮ੍ਰਿਤਪਾਲ ਸਿੰਘ ਦੇ, ਉਹਨਾਂ ਨੂੰ ਮੁਬਾਰਕਾਂ, ਅਤੇ ਜਿਹੜੇ ਉਹਦੇ ਨਾਲ ਨਫ਼ਰਤ ਕਰਦੇ ਉਹ ਪੈਣ ਢੱਠੇ ਖੂਹ 'ਚ। ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਰੇ ਕਿ ਹੁਣ ਭਾਈ ਸਾਹਿਬ ਬਾਹਰ ਆਵੇ, ਪੰਜਾਬ ਦੀ ਬਾਗਡੋਰ ਸਾਂਭੇ। ਖਡੂਰ ਸਾਹਿਬ ਵਾਲਿਓ, ਆ ਤੁਹਾਨੂੰ ਦਿਲੋਂ ਸਲੂਟ ਆ। ਅਸੀਂ ਪਹਿਲੇ ਦਿਨ ਤੋਂ ਸਪੋਰਟ ਕਰਦੇ ਰਹੇ, ਮਨ ਜ਼ਰੂਰ ਡਰਦਾ ਸੀਗਾ ਕਿ ਸਾਡੇ ਬੰਦਿਆਂ ਦਾ ਕੋਈ ਪਤਾ ਨਹੀਂ, ਪਰ ਕਹਿੰਦੇ ਮਾਝੇ ਦੀਆਂ ਮਝੈਲਾਂ ਵਾਂ, ਇਹ ਜਦੋਂ ਸ਼ਹੀਦੀਆਂ ਦੇਣ 'ਤੇ ਆ ਜਾਣ, ਕੁਰਬਾਨੀਆਂ ਦੇਣ 'ਤੇ ਆ ਜਾਣ, ਪਿੱਛੇ ਤੁਰ ਪੈਣ, ਇੱਕ ਵਾਰੀ ਕਰਨ। ਕਿਸਾਨ ਧਰਨੇ ਵੀ ਇਹਨਾਂ ਨੇ ਜਿਤਾਏ ਸੀਗੇ, ਲੰਗਰ ਲਾ ਛੱਡੇ ਬਾਈ, ਆਲ ਵਰਲਡ ਵਿੱਚ ਵੱਸਦੇ ਜਿੱਥੇ ਜਿੱਥੇ ਪੰਜਾਬੀ ਆ ਨਾ, ਆਪਣੀ ਆਪਣੀ ਰਾਏ ਦਿਓ ਕਿ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਜੇਲ੍ਹ 'ਚੋਂ ਬਾਹਰ ਆਉਂਦਾ, ਆਪਣਾ ਕੰਮ ਸ਼ੁਰੂ ਕਰਦਾ, ਆਪਣੀ ਡਿਊਟੀ ਸ਼ੁਰੂ ਕਰਦਾ, ਉਹਨੂੰ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਆ, ਅਤੇ ਸਭ ਤੋਂ ਵੱਧ ਰੋਣ ਕਿਹਨੂੰ ਆ ਰਿਹਾ ਇਹ ਜ਼ਰੂਰ ਦੱਸਿਓ। ਬਾਕੀ ਮਾਵਾਂ ਦੇ ਪੁੱਤ, ਛੇਹਣੀਆਂ ਦੇ, ਜਿਹੜੇ ਕੋਈ ਆਪਣੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਆ, ਬਾਈ ਉਹਨਾਂ ਨੂੰ ਸਪੋਰਟ ਜ਼ਰੂਰ ਕਰਿਆ ਕਰੋ। ਆ ਦੇਖੋ ਦੋ ਫੋਟੋਆਂ ਉੱਤੇ ਲਾਈਆਂ ਭਾਈ ਸਾਹਿਬ ਨੇ ਦੋਵਾਂ ਦੀਆਂ, ਦੋਵਾਂ ਦੀਆਂ ਵੀਡੀਓ ਅਸੀਂ ਪਾਉਂਦੇ ਰਹੇ ਹਾਂ। ਚਲ ਫੇਸਬੁੱਕ 'ਤੇ ਨਹੀਂ, ਟਿਕਟੌਕ ਇੱਥੇ ਚੱਲਦੀ ਹੈ ਬਾਹਰਲੀ ਕੰਟਰੀ 'ਚ, ਪਾਉਂਦੇ ਰਹੇ ਹਾਂ। ਅਤੇ ਆਹ ਵੇਖ ਲਓ, ਅੱਜ ਸਾਰੇ ਘਰ ਨੂੰ ਰੰਗ ਕਰਤਾ ਇਸ ਖੁਸ਼ੀ ਦੇ ਵਿੱਚ ਕਿ ਕੋਈ ਨਾ ਕੋਈ ਚੰਗੀ ਖਬਰ ਆਊਗੀ। ਇੱਕ ਵਾਰੀ ਮੇਰੇ ਵੱਲੋਂ, ਬਟਾਲੇ ਵੱਲੋਂ, ਜਰਮਨ ਯੂਰਪ ਵੱਲੋਂ ਸਾਰਿਆਂ ਨੂੰ ਭਾਈ ਅੰਮ੍ਰਿਤਪਾਲ ਦੀ ਜਿੱਤ 'ਤੇ ਲੱਖ ਲੱਖ ਮੁਬਾਰਕਾਂ। ਕਮੈਂਟ ਅਤੇ ਵੀਡੀਓ ਖਿੱਚ ਕੇ ਮਾਝੇ ਵਿੱਚ ਚੀਕਾਂ ਪਦਵਾ ਦਿਓ, ਚੀਕਾਂ। ਉਹਨੇ ਨੀਂਦਾਂ ਉਡਾ ਕੇ ਰੱਖੀਆਂ ਸੀ ਬਾਈ, ਜਿੰਨਾ ਉਹ ਪੜ੍ਹਿਆ ਲਿਖਿਆ ਨਾ ਅੰਮ੍ਰਿਤਪਾਲ ਭਾਈ, ਉਹਦੇ ਜਵਾਬ ਦੇਣੇ ਔਖੇ ਆ। ਦੰਦਲਾਂ ਪਾ ਦਿੰਦਾ, ਰਿਸ਼ਵਤ ਮੁੱਕੂਗੀ ਨਾ ਆਪਣੇ ਪੰਜਾਬ ਦੇ ਵਿੱਚੋਂ, ਬੇਰੁਜ਼ਗਾਰੀ ਮੁੱਕੂਗੀ, ਨਸ਼ਾ ਮੁੱਕੂਗਾ, ਲੜਾਈਆਂ ਝਗੜੇ ਮੁੱਕਣਗੇ, ਗੈਂਗਸਟਰ ਮੁੱਕਣਗੇ, ਸ਼ਾਂਤੀ ਆਊਗੀ, ਬਲਾਤਕਾਰ ਰੁਕਣਗੇ, ਇਹ ਸਾਡੀ ਆਸ ਆ। ਹੋ ਸਕਦਾ ਵੀ ਭਾਈ ਸਾਹਿਬ ਸਾਡੀਆਂ ਆਸਾਂ 'ਤੇ ਖਰਾ ਉਤਰੇ। ਉਦੋਂ ਡਿਬੜੂਗੜ੍ਹ ਦੇ ਜ਼ਿਲ੍ਹਾ ਵਿੱਚ ਬੜੇ ਧੱਕੇ ਉਹਨਾਂ ਨਾਲ ਹੋਏ ਆ। ਵਾਹਿਗੁਰੂ ਚੜ੍ਹਦੀਆਂ ਕਲਾ ਕਰੇ।